ਮਲਕੀ ਦਾ ਮੁਕਲਾਵਾ ਲੈਣ ਵਾਸਤੇ ਚੱਲਿਆ, ਕੀ ਨਜ਼ਰਾਂ ਮਾਰਦੀ ਹੈ ਮਲਕੀ, ਤਾਂ ਘੋੜੇ ਵਾਲਾ ਨਜ਼ਰ ਪੈ ਗਿਆ, ਦੇਖ ਕੇ ਘੋੜੇ ਨੂੰ ਛੱਡ ਕੇ ਪੀਂਘਾ ਰਸਤੇ ਜਾ ਕੇ ਖਲੋ ਗਈ। ਜੱਟ ਕੀ ਮੇਰੀ ਨਜ਼ਰ ਪੜ ਕੇ ਨੀ ਦੇਖਿਆ ਵੀ ਕੌਣ ਖੜੀ ਹੈ ਜੇ ਕੌਣ ਨਹੀਂ। ਨੀਵੀਂ ਪਾ ਕੇ ਕੋਲੋਂ ਲੰਘ ਗਿਆ, ਮਲਕੀ ਦੌੜ ਕੇ ਇੱਕ ਖਲੋ ਕੇ ਰਸਤੇ ਦੇ ਵਿੱਚ ਜਾਂਦੇ ਜੱਟ ਨੂੰ ਆਵਾਜ਼ਾਂ ਮਾਰੇ, ਜਾਣੇ ਵਾਲੇ ਰਾਈਏ ਮੈਨੂੰ ਆਪਣਾ ਨਾਂ ਨਿਸ਼ਾਨੀ ਦੱਸ ਦਾ, ਕਿੱਥੋਂ ਆਇਆ ਕਿੱਥੇ ਜਾਣਾ ਪਾਲਾ, ਮੇਰੀ ਨਜ਼ੀਰ ਨੂੰ ਆਉਂਦਾ ਕਿਹੜੀਆਂ ਗੱਲਾਂ ਕਰਦੀ ਆ। ਗੰਦ ਟਿਕਾਣੀ ਇਸ਼ਕ ਮੇਰੇ ਹਤੀਰਾ।
ਰਾਣੀ ਆਪਣੇ ਮਹਿਲ ਦੇ ਵਿੱਚ ਸੁੱਤੀ ਪਈ ਆ, ਕੀ ਨਜ਼ਰਾਂ ਮਾਰਦੀ, ਅੱਖਾਂ ਖੁੱਲੀਆਂ ਤੇ ਦੀਵਾਰ ਦੇ ਨਾਲ ਲੂੰਗੀ ਹਿਲਾਰੇ ਖਾਂਦੀ ਹੈ, ਦੇਖ ਕੇ ਲੂੰਗੀ ਨੂੰ ਤਾਨਾ ਮਾਰਦੇ ਬਜ਼ਾਰ ਨੇ, ਕਿਉਂ ਸੜੀ ਨੂੰ ਸਾੜਦੀ ਆ, ਕਿਉਂ ਮੋਈ ਨੂੰ ਮਾਰਦੀ ਆ, ਪਰਦੇਸੀ ਹੋ ਗਿਆ ਢੋਲਾ ਆਪਣੇ ਮਾਹੀ ਨੂੰ ਯਾਦ ਕਰਕੇ, ਇੱਕ ਪਰਾ ਬੇ ਨਜ਼ੀਰ ਤੂੰ ਬਿਆਲੋ ਕਿਸ ਤਰ੍ਹਾਂ ਨਾਰੇ ਮਾਰ ਕੇ ਦੱਸਦੀ ਆ। ਦਰਬਾਰੀ ਆ,
ਉਹਨੇ ਵੀ ਨਹੀਂ ਬਰਦਾਸ਼ਤ ਕਰਨਾ। ਯਾ ਮੌਲਾ, ਇਸ ਬੱਚੇ ਨੂੰ ਪਾਲਣ ਵਾਲਾ ਤੂੰ ਹੀ ਆ, ਅਗਰ ਮੈਂ ਨਾ ਗਈ ਤਾਂ ਫਿਰ ਮੇਰਾ ਪਰਦਾ ਜ਼ਾਹਰ ਹੋ ਜਾਣਾ। ਯਾ ਮੌਲਾ, ਹੁਣ ਮੈਂ ਕਰਾਂ ਤਾਂ ਕਰਾਂ ਕੀ? ਖਲੀਲ ਨੂੰ ਗਾਰ ਚ ਛੱਡ ਕੇ ਇਹ ਕਮਾਈ ਘਰ ਨੂੰ ਤੁਰਦੀ ਆ, ਗਾਰ ਦੇ ਮੋਹਰੇ ਪੱਥਰ ਦੇ ਗਏ, ਪਰਾਂ ਮੈਂ ਕਿਹਨੂੰ ਸਾਫ ਕੇ ਤੁਰਦੀ ਆ? Hey!
ਅੱਸੀ ਥਲਾਂ ਚ ਭੱਜੀ ਜਾਂਦੀ ਆ। ਆਪਣੇ ਮਾਹੀ ਨੂੰ ਯਾਦ ਕਰਦੇ ਵੀ ਹੈ ਔਰ ਰੱਬਾ ਸੋਹਣੇ ਨੂੰ ਛੇਤੀ ਕਿਉਂ ਨਹੀਂ ਮਿਲਦਾ। ਇਸੇ ਤਰ੍ਹਾਂ ਆ ਕੇ ਸੋਹਣੀ ਆਵਾਜ਼ਾਂ ਮਾਰਦੀ ਹੈ, ਇਸੇ ਤਰ੍ਹਾਂ ਹੀਰ ਆਵਾਜ਼ਾਂ ਮਾਰਦੀ ਆ, ਪਰ ਮੈਂ ਨਜ਼ੀਰ ਤੇ ਖੁਸ਼ੀ ਮੰਨਦਾ ਉਹ ਕਿਸ ਤਰ੍ਹਾਂ ਆਵਾਜ਼ਾਂ ਮਾਰਦੀਆਂ ਨੇ। ਹਜ਼ਰੀ ਹੋਈ ਜਦ ਬਾਂਗਾ ਮਿਲੀਆਂ, ਸੋਹਣੀ
ਹੱਸੇ ਗਾਂ ਵਜ਼ੀਰ ਨੇ ਅਕਬਰ ਬਾਦਸ਼ਾਹ ਨੂੰ ਦੱਸਿਆ ਤੂੰ ਰਾਜਪੂਤ ਮੁਲਾਜ਼ਮ ਰੱਖੇ ਹੋਇਆ ਦਰਬਾਰ ਦੇ ਵਿੱਚ, ਆਪਣਾ ਭੇਤ ਨਹੀਂ ਦੱਸਿਆ, ਤੇਰਾ ਭੇਤ ਸਾਰਾ ਲੈ ਲਿਆ। ਕਹਿੰਦਾ ਇਹਨਾਂ ਪਾਸ ਕੀ ਆ? ਕਹਿੰਦਾ ਮੇਘਲਾ ਹਾਥੀ, ਫੇਰ ਦਰਿਆਈ ਘੋੜਾ, ਤੌਂਸਾ ਕੀਮਤਦਾਰ, ਸੰਧਾ ਦੀਪ ਦੀ ਪਦਮਣੀ, ਜੈਮਲ ਦੀ ਲੜਕੀ, ਜੇ ਉਹਦਾ ਰਿਸ਼ਤਾ ਮੰਗਲ ਵੀ ਫੇਰ ਤਾਂ ਸਮਝੂਗਾ ਪਿਆਰ, ਅੱਗੇ ਤੂੰ ਰਿਸ਼ਤਾ ਨਾ ਉਸਨੇ ਤੈਨੂੰ ਦਿੱਤਾ, ਇੱਕ ਮੈਂ ਸਮਝੂਗਾ ਤੁਹਾਡਾ ਕੋਈ ਪਿਆਰ ਨੀ, ਆ ਕੇ ਸੁਨੇਹਾ ਦੇ ਤਾ ਭਲਾ ਮੈਂ ਕਿਸ ਤਰ੍ਹਾਂ ਅੱਜ ਰਾਜਪੂਤ ਨੂੰ ਸੁਨੇਹਾ ਦਿੰਦਾ।
ਨੂੰ ਪੁੰਨੂ ਛੱਡ ਕੇ ਆਪ ਰਾਹੀ ਹੋ ਗਿਆ। ਸੁੱਤੀ ਪਈ ਉੱਠ ਕੇ ਦੇਖਦੇ ਨਾ ਊਟ ਨਾ ਊਟਾ ਵਾਲੇ ਡੇਰੇ ਪੱਜ ਕਰਵਾਣ ਕਰ ਕੂਚ ਕਰ ਗਈ, ਮਗਰ ਉੱਠਾਂ ਦੇ ਦੌੜੀ ਆ ਜਾ ਕੇ ਖੂਨੀ ਥਲਾਂ ਚ ਇੱਕ ਆਵਾਜ਼ਾਂ ਮਾਰਦੇ ਮੈਨੂੰ ਛੱਡ ਜਲਿਆ ਆਪ ਤੁਰ ਜਾ ਕੇ ਮੇਰਾ ਪ੍ਰਦੇਸ਼ ਦਾ ਵੀ ਕੋਈ ਟਿਕਾਣਾ ਦੱਸ ਜਾ ਭਲਾ ਕਿਸ ਤਰ੍ਹਾਂ ਜਵਾਬ ਕਰਦਾ ਭਾਈ। ਸੱਸੀ ਥਲਾਂ 'ਚ ਭੱਜੀ ਜਾਂਦੀ ਆ,
अपने माही नू याद कर दे भी है और रब्बा सोने नू छेती क्यों नहीं मिलता। इसे तरह आके सोनी आवाजा मार दिया, इसे तरह हीर आवाजा मार दिया, पर हमें नजीर ते खुशी मामदा वो किस तरह आवाजा मार दिया ने। आए रब्बा सोनिया नू छेती क्यों नहीं मिलता, आए रब्बा सोनिया नू छेती क्यों नहीं मिलता, फुल हो जाना सूट यार पुनर्दी दर्दवाला दर्द आई, थोड़ी सूट यार पुनर्दी
ਮਾਰਦੇ ਸੀ ਖਾ ਕੇ ਭਾਬੀਆਂ ਦੇ ਤਾਨੇ, ਕਿੱਥੇ ਪਹੁੰਚ ਗਿਆ ਗੁਰੂ ਗੋਰਖ ਨਾਥ ਦੇ ਟਿੱਲੇ। ਬਾਬਾ ਜੀ ਮੈਨੂੰ ਚੇਲਾ ਕਰ ਲਓ। ਕਹਿਣ ਲੱਗਾ ਮੂਰਖਾ, 12 ਦੇ 12 ਚੌਵੀ ਸਾਲ ਹੋ ਗਏ, ਤੂੰ ਤਾਂ ਆਪਦੇ ਨੂੰ ਅਜੇ ਤੱਕ ਮੇਰੇ ਕੋਲ ਯੋਗ ਨਹੀਂ ਮੰਗਿਆ, ਤੂੰ ਅਜੇ ਤੁਰਿਆ ਉਹਨਾਂ ਤੇ ਆ ਕੇ ਯੋਗ ਮੰਗਣ ਲੱਗਿਆ। ਬਾਬਾ ਜੀ ਇਹਨਾਂ ਨੂੰ ਯੋਗ ਦੀ ਜ਼ਰੂਰਤ ਨਹੀਂ ਹੋਣੀ, ਮੈਂ ਤਾਂ ਲੈਣ ਹੀ ਯੋਗ ਆਇਆ। ਸੁਬਹਾ ਦਾ ਵਕਤ ਹੋਇਆ, ਰਾਂਝਾ ਪਰਦੇਸੀ ਨਾਲ ਤੁਰ ਪਿਆ ਗੁਰੂ ਨੂੰ ਲੈ ਗਿਆ ਦਰਿਆ ਦੇ ਕਿਨਾਰੇ। ਕਹਿਣ ਲੱਗਾ ਬਾਬਾ ਜੀ ਇਸ਼ਨਾਨ ਨਹੀਂ ਕਰਨਾ ਬੇਟਾ, ਕਰਨਾ ਤਾਂ ਹੈ, ਚਲੋ ਫਿਰ ਇਸ਼ਨਾਨ ਕਰਾ ਦਿਆਂ। ਬਸਤਰ ਉਤਾਰ ਦਿੱਤੇ, ਪਾਣੀ ਚਲਾ ਗਿਆ, ਗੁਰੂ ਗੋਰਖ ਨਾਥ ਦੀ ਸੇਵਾ ਲੱਗ ਗਿਆ ਵੀ ਕਰਨ। ਚੱਕ ਕੇ ਗੁਰੂ ਗੋਰਖ ਨਾਥ ਡੂੰਘੇ ਪਾਣੀ 'ਚ ਲੈ ਗਿਆ, ਕਹਿੰਦਾ ਗੱਲ ਕਰ ਵੀ ਜਾਨ ਗਾਉਣੀ ਇੱਕ ਯੋਗ ਦੇ, ਕਹਿੰਦਾ ਉਹ ਮੂਰਖ ਜੱਟਾ ਬਾਹਰ ਕੱਢ, ਮੈਂ ਤੇਰੇ ਕੰਨ ਪਾਲ ਕੇ ਮੁੰਦਰਾ ਪਾ ਦਿਆਂ। ਕੱਚੀਆਂ ਮੁੰਦਰਾਂ ਵਿੱਚ ਕੰਨਾਂ ਦੇ ਪਾਤੇ, ਸ਼੍ਰੀ ਬੱਗਾ ਦੀ ਚੰਨ ਵਰਗੀ ਦੇਹੀ ਦਾ ਨਾਸ਼ ਕਰ ਦਿੱਤਾ। ਉਸ ਵੇਲੇ ਕਹਿਣ ਲੱਗਾ ਬੇਟਾ ਸਾਡੀ ਨਸੀਹਤ ਯਾਦ ਰੱਖੀ। ਬਾਬਾ ਜੀ ਕਿਹੜੀ? ਬੇ ਵੱਡੀ ਨੂੰ ਮਾਂ ਛੋਟੀ ਨੂੰ ਭੈਣ ਕਹਿੰਦਾ ਆਪਣੀਆਂ ਮੁੰਦਰਾਂ ਕੱਢ ਲਵੇ, ਇਹ ਗੱਲ ਮੈਨੂੰ ਵਾਰਨ ਨਹੀਂ ਆਉਂਦੀ। ਉਹ ਜਿਹਦੀ ਖਾਤਰ ਜਾ ਸਫਾਤ ਗੁਆਈ, ਪੇ ਦਾਦੇ ਦਾ ਨਾਂ ਗੁਆ ਲਾ ਕੇ ਚੌਧਰੀ ਨੂੰ ਦਾ, ਉਹਦਾ ਦੁਬਾਰਾ ਮਲ ਕੇ ਬੈਠ ਗਿਆ, 12 ਵਰਸ ਗੁਆ ਤੇ, ਅੱਜ ਮੈਂ ਉਸ ਹੀਰ ਨੂੰ ਜਾ ਕੇ ਕਿਸ ਮੂੰਹ ਦੇ ਨਾਲ ਮਾਂ ਕਹਿ ਦੂੰਗਾ, ਭਲਾ ਆ ਕੇ ਜਵਾਬ ਕਰਦੇ ਨਜ਼ੀਰ ਤੂੰਬੇ ਵਾਲਾ, ਭਲਾ ਕਿਹੜੇ ਜਵਾਬ ਕਰਦੇ ਬਾਈ। ਕੰਨ ਪਾੜ ਕੇ ਤੂੰ ਗੱਲ ਕੀ ਸੁਣਾਈ ਗੋਰ ਕਹੋ, ਕੰਨ ਪਾੜ ਕੇ ਤੂੰ ਗੱਲ ਕੀ ਸੁਣਾਈ ਗੋਰ ਕਹੋ, ਕੰਨ ਪਾੜ ਕੇ ਦੱਸ ਹੀਰ ਨੂੰ ਕਹੋ ਮੈਂ ਕਿਵੇਂ ਮਾਰੀ ਗੋਰ ਕਹੋ, ਕੰਨ ਪਾੜ ਕੇ ਖੇਨੂੰ ਆਖ ਮਾਈ ਭੁੱਖੇ ਉਹਦੇ ਮੈਂ ਦਿੰਦਾਤਾ, ਖੇਨੂੰ ਆਖ ਮਾਈ ਭੁੱਖ ਉਹਦੇ ਮੈਂ ਦਿੰਦਾਤਾ, ਜੀਵੀ ਉਹਦੀ ਮੈਨੂੰ ਚਲ ਮਾਰੋ ਬੇਗੇ ਸੰਗਾਰਦਾ, ਜੀਵੀ ਉਹਦੀ ਮੈਨੂੰ ਚਲ ਮਾਰੋ ਬੇਗੇ ਸੰਗਾਰਦਾ, ਨਸੀਬ ਮੈਨੂੰ
ਮਿਰਜ਼ਾ ਸਿਆਲਾ ਮਾਰ ਦਿੱਤਾ, ਬੱਕੀ ਕੁੜੀ ਕੈਦ ਕਰ ਛੱਡੀ। ਹੋਣੀ ਨੇ ਸੋਚਿਆ ਮੈਂ ਤਾਂ ਕਲਾ ਛੇੜੀ ਸੀ ਤੇ ਕੰਮ ਹੀ ਕੁਝ ਹੋਰ ਹੋ ਗਿਆ। ਸ਼ਮੀਰ ਦੀ ਮਾਂ ਦਾ ਤਾਰ ਕੇ ਰੂਪ ਮਹਿਰਾ ਮੱਛਲ ਹੈ, ਕਿੱਥੇ ਆ ਗਈ ਸ਼ਮੀਰ ਦੀ ਕਚਹਿਰੀ ਵਿੱਚ? ਸ਼ਮੀਰ ਆ ਬੈਰ ਹਲਵਾਈ ਨਾ ਜੇ ਮਠਿਆਈ ਨਾ ਖੇ ਮਾਤਾ, ਮਠਿਆਈ ਦਾ ਕੀ ਕਸੂਰ ਆ? ਬੈਰ ਹੋ ਤਾਂ ਹਲਵਾਈ ਨਾ ਹੋਏਗਾ। ਕਹਿਣ ਲੱਗੀ ਬੈਰ ਹੋਵੇਗਾ ਤੁਹਾਡਾ ਤਾਂ ਮਿਰਜ਼ ਜੱਟ ਨਾਲ ਹੋਵੇਗਾ, ਇਹ ਬੱਕੀ ਧੀਲ ਲਾਹੌੜਾਂ ਦੀ ਮਾਰਾ ਦਰਦ ਦਾ ਨਾਲ ਤੁਹਾਡੇ ਪੜ ਕੇ ਜਿਹੜਾ ਸਮਾਨ ਵੱਲ ਕਰ ਦੂ। ਇਹ ਕੰਮ ਕਰ, ਇਸ ਬੱਕੀ ਘੋੜੀ ਨੂੰ ਪਾਣੀ ਪਿਲਾ ਦੇ। 8 ਦਿਨ ਹੋ ਗਏ ਘੋੜੇ 'ਚ ਬੰਦ ਕੀਤੀ, ਨਾ ਪੱਠਾ ਨਾ ਦਾਣਾ, ਇਸ ਨੂੰ ਨਾ ਪਾਣੀ ਪਿਆਇਆ, ਐਂ ਕਰ ਇਹਨੂੰ ਪਾਣੀ ਪਿਆ ਦੇ। ਕਹਿਣ ਲੱਗਾ ਮਾਤਾ ਤੂੰ ਮੁੜ ਜਾ ਘਰ ਨੂੰ, ਮਹਿਰਾ ਮੱਛਾ ਨੂੰ ਮੋੜ ਦਿੱਤਾ ਮਿਰਜ਼ੇ ਦੀ ਮਾਂ ਨੂੰ, ਸ਼ਮੀਰ ਦੀ ਮਾਂ ਨੂੰ ਘਰ ਨੂੰ। ਉੱਧਰ ਕੌਣ ਮਾਰ ਕੇ ਆਵਾਜ਼? ਨਫ਼ਰ ਨੂੰ ਜਵਾਬ ਕਰ ਦੇ, ਖਾਣਾ ਵਾਲੀ ਟਿਆਰ ਨੂੰ ਪਾਣੀ ਪਿਲਾ ਦੇ, ਭਲਾ ਕਿਹੜੇ ਜਵਾਬ ਕਰ ਦੇ। ਸ਼ਮੀਰ ਨੂੰ ਗਏ ਸ਼ਮੀਰ ਨੂੰ ਗਏ ਸੁਣਾ।
ਕਿਆ ਕਰਦੀ ਆ ਜੱਟੀ ਹੀਰ ਬੈਠ ਕੇ ਡੋਲੇ ਦੇ ਵਿੱਚ ਜਵਾਬ ਕਰਦੀ ਆ, ਕਹਿਣ ਲੱਗੀ ਨੀ ਮਾਂ ਮੇਰਾ ਕੋਈ ਕਸੂਰ ਹੈ ਨੀ, ਆਪਣੇ ਬਾਪ ਨੂੰ ਆਵਾਜ਼ ਮਾਰ ਦੇ ਵੀ ਅੱਬਾ ਜਾਨ ਮੈਨੂੰ ਵਾਸਤਾ ਖੁਦਾ ਦਾ ਕਰਕੇ ਅੱਜ ਦੀ ਰਾਤ ਕਟਾ ਦੇ, ਖਲੋ ਕੇ ਸਾਹਮਣੇ ਇੱਕ ਆ ਕੇ ਵਾਸਤਾ ਪਾਉਂਦੇ। ਜੱਟੀ ਹੀਰ ਪਰਵੇ ਕਿਹੜਾ ਵਾਸਤਾ ਪਾਉਂਦੀ ਆ, ਮੈਦਾਨ ਦੇ ਵਿੱਚ ਬੀੜਾ ਰੱਖ ਦਿੱਤਾ ਲੈ ਵੀ ਦੋਸਤੋ ਕੋਈ ਸੂਰਮਾ ਹੋਵੇ ਜਿਹੜੇ ਇਸ ਬੀੜੇ ਨੂੰ ਮੈਦਾਨ ਚ ਚੁੱਕ ਲਵੇ ਉਸ ਨੂੰ 22 ਪਿੰਨ ਇਨਾਮ ਦੇ ਦਿਆਂਗਾ।
ਕੋਈ ਨਾ ਉੱਠਿਆ, ਉੱਠਿਆ ਕੌਣ? ਬਸ ਯਾਰ ਖਮੁਗਲ ਬੀੜਾ ਚੁੱਕਿਆ ਮੂੰਹ ਦੇ ਵਿੱਚ ਪਾ ਲਿਆ, ਲੈ ਕੇ 500 ਨਾਲ ਜਵਾਨ ਹੁਣ ਆ ਕੇ ਮੁਗਲ ਚੜ੍ਹਾਈ ਕਰਦਾ। ਲੈ ਵੀ 200 ਬਿਲ ਮੁਕਾਬਲ ਹੁੰਦਾ ਸੂਰਮੀ ਮੈਦਾਨ ਦੇ ਵਿੱਚ ਆ ਕੇ ਦੁੱਲੇ ਨਵਾਬ ਨੇ ਜਿਸ ਵੱਲ ਫੌਜਾਂ ਦੇਖੀਆਂ, ਦਿਲ ਨੂੰ ਆ ਕੇ ਚੋਟ ਲੱਗੀ, ਖਲੋ ਕੇ ਸਾਹਮਣੇ ਇੱਕ ਮਾਂ ਨੇ ਆ ਕੇ ਜਵਾਬ ਕਰਦਾ, ਮੈਨੂੰ 32 ਧਾਰਾਂ ਬਖਸ਼ੇ, ਮੈਂ ਮੁਗਲਾਂ ਨਾਲ ਜੰਗ ਕਰਨ ਵਾਸਤੇ ਜਾਣਾ, ਪਰ ਨਜ਼ੀਰ ਤੇ ਖੁਸ਼ੀ ਮਾਉਂਦਾ ਉਹ ਕਿੱਥੇ ਚੜ੍ਹਾਈ ਕਰਕੇ ਜਾਂਦਾ ਬਈ। ਕਾਟਿਲਾ ਲੈ ਮੇਰਾ ਦੰਦ
ਵਹੀ ਜ਼ਮੀਨ।